ਪੰਜਾਬ ਦੇ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਵੱਲੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨ ਜਿੰਦਾਬਾਦ ਫੋਰਸ ਦੇ 9 ਕਾਰਕੁਨਾਂ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਫਿਰ ਤੋਂ ਪੇਸ਼ ਕੀਤਾ ਗਿਆ, ਜਿੱਥੇ ਇਹਨਾਂ ਸਾਰੇ ਕਾਰਕੁਨਾਂ ਨੂੰ ਹੁਣ ਅਗਲੀ ਜਾਂਚ ਲਈ 11 ਅਕਤੂਬਰ ਤੱਕ ਮੁੜ ਤੋਂ ਪੁਲਿਸ ਰਿਮਾਂਡ 'ਤੇ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹਨਾਂ ਸਾਰੇ ਦੋਸ਼ੀਆਂ ਨੂੰ 2 ਦਿਨਾਂ ਬਾਅਦ ਯਾਨੀ ਕਿ 11 ਅਕਤੂਬਰ ਨੂੰ ਮੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਇਹਨਾਂ ਕਾਰਕੁਨਾਂ ਦੇ ਵਕੀਲ ਸਿਮਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਇਸ ਸਬੰਧੀ ਅਦਾਲਤ ਵਿੱਚ ਲੜਾਈ ਜਾਰੀ ਰੱਖਣਗੇ। ਖਾਲਿਸਤਾਨ ਕਮਾਂਡੋ ਫੋਰਸ ਦੇ 9 ਆਰੋਪੀਆਂ ਨੂੰ ਅੱਜ ਅੰਮ੍ਰਿਤਸਰ ਦੀ ਮੀਨਾਕਸ਼ੀ ਮਹਾਜਨ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਹਨਾਂ ਨੂੰ 2 ਦਿਨ ਦੇ ਲਈ ਜੁਡੀਸ਼ਲ ਕਸਟਡੀ ਯਾਨੀ ਕਿ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅੱਜ NIA ਵੱਲੋਂ ਇਹਨਾਂ ਦਾ ਪ੍ਰੋਟੈਕਸ਼ਨ ਵਾਰੰਟ ਹਾਸਲ ਕਰਨ ਦੀ ਬਿਲਕੁਲ ਕਿੰਨੇ ਦਿਨ ਦਾ ਜੁਡੀਸ਼ੀਅਲ ਚ ਭੇਜਿਆ ਗਿਆ? 2 ਦਿਨ। NIA ਦੇ ਸਪੁਰਦ ਤੇ ਨਹੀਂ ਹੋਇਆ ਜੇ ਮਾਮਲਾ? ਮੈਨੂੰ ਕੀ ਪਤਾ ਬਿਲਕੁਲ ਕਰੋ ਭਾਈ ਡਿਊਟੀ ਤੁਹਾਡੀ ਨਹੀਂ, ਤੁਸੀਂ ਕਰੋ ਕਾਰਵਾਈ, ਪਰ ਤੁਸੀਂ ਦੱਸ ਦਿਓ ਸਰ ਕਿੱਥੇ ਕੀ ਅੱਜ ਅਦਾਲਤ ਨੇ ਕੀ ਆਰਡਰ ਦਿੱਤਾ ਜੀ? ਬਿਊਰੋ ਰਿਪੋਰਟ, ਪੰਜਾਬ ਟੂਡੇ।